ਮਾਂ ਦੀ ਮੌਤ ਤੋਂ ਬਾਅਦ ਪਲਾਟ ਦਾ ਇੰਤਕਾਲ ਕਰਨ ਲਈ ਪੁੱਤਰ ਤੋਂ ਪਟਵਾਰੀ ਨੇ ਰਿਸ਼ਵਤ ਦੀ ਮੰਗ ਕੀਤੀ ਤੇ ਪੁੱਤਰ ਦੀ ਸ਼ਿਕਾਇਤ ਤੇ ਹੀ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਨੂੰ ਰੰਗੇ ਹੱਥੀ ਹਜ਼ਾਰਾਂ ਰੁਪਏ ਦੀ ਰਿਸ਼ਵਤ ਸਹਿਤ ਕਾਬੂ ਕੀਤਾ। ਫੜਿਆ ਗਿਆ ਪਟਵਾਰੀ ਅਬੋਹਰ ਪਟਵਾਰ ਯੂਨੀਅਨ ਦਾ ਪ੍ਰਧਾਨ ਵੀ ਸੀ। ਅਬੋਹਰ ਦੇ ਰਾਹੁਲ ਸਚਦੇਵਾ ਨਾਂ ਦੇ ਵਿਅਕਤੀ ਨੇ ਵਿਜੀਲੈਂਸ ਬਿਊਰੋ ਨੂੰ ਸਬੂਤਾਂ ਸਣੇ ਸ਼ਿਕਾਇਤ ਕੀਤੀ ਸੀ ਕਿ ਉਸਦੀ ਮਾਤਾ ਦੇ ਨਾਂ ਤੇ 1800 ਸਕੁਅਰ ਫੁੱਟ ਦਾ ਪਲਾਟ ਸੀ ਅਤੇ ਉਸਦੀ ਮਾਤਾ ਨੇ ਆਪਣੀ ਮੌਤ ਤੋਂ ਪਹਿਲਾਂ ਇਹ ਸਾਰੀ ਵਸੀਅਤ ਉਸਦੇ ਨਾਂ ਕਰ ਦਿੱਤੀ ਸੀ ਅਤੇ ਮਾਂ ਦੀ ਮੌਤ ਤੋਂ ਬਾਅਦ ਉਸ ਵੱਲੋਂ ਪਲਾਟ ਦਾ ਇੰਤਕਾਲ ਕਰਾਉਣ ਲਈ ਇੱਕ ਅਰਜ਼ੀ ਤਹਿਸੀਲਦਾਰ ਅਬੋਹਰ ਨੂੰ ਦਿੱਤੀ ਗਈ ਜੋ ਕਿ ਹਲਕਾ ਪਟਵਾਰੀ ਪਿਆਰਾ ਸਿੰਘ ਨੂੰ ਤਹਿਸੀਲਦਾਰ ਵੱਲੋਂ ਮੰਗ ਕੀਤੀ ਗਈ, ਜਿਸ ਤੋਂ ਬਾਅਦ ਰਾਹੁਲ ਸਚਦੇਵਾ ਪਟਵਾਰੀ ਕੋਲ ਗਿਆ, ਜਿਸ ਨੇ ਪਹਿਲਾਂ ਤਾਂ ਲਾਰੇ ਲਗਾਏ ਤੇ ਬਾਅਦ ਦੇ ਵਿੱਚ ਰਿਸ਼ਵਤ ਦੀ ਮੰਗ ਕੀਤੀ, ਜਿਸ ਦੇ ਵਿੱਚ ਪਟਵਾਰੀ ਨੇ 5000 ਰੁਪਏ ਦੀ ਪਹਿਲੀ ਕਿਸ਼ਤ ਦੀ ਮੰਗ ਕੀਤੀ ਤੇ ਅਗਲੀ ਕਿਸ਼ਤ ਕਦੋਂ ਤੇ ਕਿੰਨੀ ਦੇਣੀ ਆ ਉਸ ਬਾਰੇ ਕਿਹਾ ਕਿ ਉਹ ਉਸ ਨੂੰ ਬਾਅਦ ਦੇ ਵਿੱਚ ਦੱਸੇਗਾ ਅਤੇ ਨੌਜਵਾਨ ਵੱਲੋਂ ਇਸ ਦੀ ਸਾਰੀ ਸੂਚਨਾ ਵਿਜੀਲੈਂਸ ਬਿਊਰੋ ਫਾਜ਼ਿਲਕਾ ਨੂੰ ਦੇ ਦਿੱਤੀ ਗਈ ਅਤੇ ਪਟਵਾਰੀ ਨੂੰ ਰੰਗੇ ਹੱਥੀ ਵਿਜੀਲੈਂਸ ਨੇ ਕਾਬੂ ਕਰ ਲਿਆ। ਦੂਜੇ ਪਾਸੇ ਪਟਵਾਰੀ ਦਾ ਕਹਿਣਾ ਕਿ ਉਸ ਨਾਲ ਧੱਕਾ ਹੋਇਆ ਤੇ ਗਲਤ ਇਲਜ਼ਾਮ ਉਸ ਤੇ ਲਗਾਏ ਜਾ ਰਹੇ ਨੇ, ਉਸ ਨੂੰ ਗਲਤ ਫਸਾਇਆ ਜਾ ਰਿਹਾ। ਸ਼੍ਰੀ ਵਰਿੰਦਰ ਕੁਮਾਰ ਜੀ, IPS ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਜੀ ਵੱਲੋਂ ਰਿਸ਼ਵਤਖੋਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਅਤੇ ਸ਼੍ਰੀ ਗੁਰਮੀਤ ਸਿੰਘ ਜੀ SSP ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਾਨੂੰ ਅੱਜ ਵਿਜੀਲੈਂਸ ਬਿਊਰੋ ਫਾਜ਼ਿਲਕਾ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਕਿ ਜਦੋਂ ਸ਼੍ਰੀ ਰਾਹੁਲ ਸਚਦੇਵਾ ਵਾਸੀ ਸਟਰੀਟ ਨੰਬਰ 15 ਦੀ ਨੀਅਰ ਪੋਸਟ ਆਫਿਸ ਬੋਰ ਨੇ ਸਾਡੇ ਪਾਸ ਆ ਕੇ ਸ਼ਿਕਾਇਤ ਕੀਤੀ ਕਿ ਉਸ ਦੀ ਮਾਤਾ ਵਿਜੇ ਲਕਸ਼ਮੀ ਸਚਦੇਵਾ ਦੇ ਨਾਂ 'ਤੇ 1800 ਸਕੁਅਰ ਫੁੱਟ ਦਾ ਇੱਕ ਪਲਾਟ ਸੀਗਾ ਸੀਤੋ ਗੰਨੋ ਰੋਡ 'ਤੇ, ਅਤੇ ਉਹਦੀ ਡੈਥ ਹੋ ਚੁੱਕੀ ਹੈ। ਡੈਥ ਹੋਣ ਤੋਂ ਪਹਿਲਾਂ ਉਹਦੀ ਜਿਹੜੀ ਮਦਰ ਹੈਗੀ ਆ ਵਿਜੇ ਲਕਸ਼ਮੀ ਸਚਦੇਵਾ, ਉਹ ਆਪਣੇ ਲੜਕੇ ਰਾਹੁਲ ਸਚਦੇਵਾ ਦੇ ਨਾਂ 'ਤੇ ਉਹਦੀ ਵਸੀਅਤ ਕਰ ਗਈ ਸੀ, ਅਤੇ ਉਹਦੀ ਡੈਥ ਤੋਂ ਬਾਅਦ ਇਹਨਾਂ ਨੇ ਜਿਹੜੀ ਇੰਤਕਾਲ ਕਰਾਉਣ ਲਈ ਇੱਕ ਕੰਪਲੇਂਟ ਤਹਿਸੀਲਦਾਰ ਅਬੋਹਰ 'ਤੇ ਦਿੱਤੀ, ਅਤੇ ਤਹਿਸੀਲਦਾਰ ਬੋਹਰ ਨੇ ਉਹ ਜਿਹੜੀ ਪਟਵਾਰੀ ਹਲਕਾ ਪਟਵਾਰੀ ਸੀਤੋ ਗੰਨੋ ਪਿਆਰਾ ਸਿੰਘ ਉਹਨੂੰ ਮਾਰ ਕਰਤੀ, ਸੀਤੋ ਗੰਨੋ ਰੋਡ ਦਾ ਜਿਹੜਾ ਹਲਕਾ ਪਟਵਾਰੀ ਉਹਨੂੰ ਮਾਰ ਕਰਤੀ। ਉਸ ਤੋਂ ਬਾਅਦ ਇਹ ਉਹ ਪਟਵਾਰੀ ਕੋਲ ਗਏ, ਉਹ ਇਹਨਾਂ ਨੂੰ ਪਹਿਲਾਂ ਲਾਰੇ ਲੱਪੇ ਲਾਉਂਦਾ ਰਿਹਾ, ਇਹਨਾਂ ਦਾ ਜਿਹੜੀ ਆ ਇੰਤਕਾਲ ਨਹੀਂ ਕੀਤਾ। ਫਿਰ ਉਹਨਾਂ ਵੱਲੋਂ ਵਾਰ ਵਾਰ ਗੇੜੇ ਮਾਰਨ 'ਤੇ ਇਹਨੇ ਉਹਨਾਂ ਤੋਂ 5000 ਰੁਪਏ ਦੀ ਪਹਿਲੀ ਕਿਸ਼ਤ ਦੀ ਡਿਮਾਂਡ ਕੀਤੀ। ਤੋ ਅੱਜ ਉਹਨੇ ਸਾਡੇ ਪਾਸ ਆ ਕੇ, ਇੱਥੇ ਸਾਡੀ ਟੀਮ ਦੇ ਇੰਸਪੈਕਟਰ ਚੰਦਰ ਸ਼ੇਖਰ ਜੀ ਹੈ, ਇਹਨਾਂ ਪਾਸ ਆ ਕੇ ਬਿਆਨ ਕਲਮਬੰਦ ਕਰਾਇਆ, ਜਿਸ 'ਤੇ ਅਸੀਂ ਪਰਚਾ FIR ਦਰਜ ਕਰਵਾ ਕੇ ਅਤੇ ਸਰਕਾਰੀ ਗਵਾਹ ਡਾਕਟਰ ਗੁਰਮੀਤ ਸਿੰਘ ਸਿਵਲ ਹਸਪਤਾਲ ਫਾਜ਼ਿਲਕਾ ਅਤੇ ਅਮਨਦੀਪ ਕਲਰਕ PWD ਫਾਜ਼ਿਲਕਾ ਉਹਨਾਂ ਨੂੰ ਹਮਰਾਹ ਲੈ ਕੇ ਇੰਸਪੈਕਟਰ ਸਾਹਿਬ ਨੇ ਇਹਨਾਂ ਦੀ ਹਾਜ਼ਰੀ ਵਿੱਚ ਉੱਥੇ ਪਟਵਾਰਖਾਨਾ ਅਬੋਹਰ 'ਤੇ ਉੱਥੇ ਜਾ ਕੇ ਟਰੈਪ ਕੀਤਾ ਅਤੇ ਇਹਨੂੰ 5000 ਰੁਪਏ ਰਿਸ਼ਵਤ ਲੈਂਦੇ ਨੂੰ ਪਟਵਾਰੀ ਪਿਆਰਾ ਸਿੰਘ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ। ਡਿਮਾਂਡ ਕਿੰਨੇ ਦੀ ਸੀ? ਪਹਿਲੀ ਕਿਸ਼ਤ ਉਹਨੇ 5000 ਰੁਪਏ ਦੀ ਡਿਮਾਂਡ ਕੀਤੀ ਸੀ, ਕਹਿੰਦਾ ਜਿਹੜਾ ਅਗਲਾ ਨੈਕਸਟ ਆ ਉਹ ਤੁਹਾਨੂੰ ਬਾਅਦ ਦੱਸਾਂਗੇ, ਫਿਰ ਇਸ ਕਰਕੇ 5000 ਰੁਪਏ ਦੇਣ ਗਏ ਸੀਗੇ ਅਤੇ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ। ਪਤਾ ਲੱਗਿਆ ਵੀ ਇਹ ਪਟਵਾਰ ਯੂਨੀਅਨ ਦੇ ਉੱਥੇ ਦੇ ਅਬੋਹਰ ਦਾ ਇਹ ਪ੍ਰਧਾਨ ਹੈਗਾ। ਹਾਂਜੀ, ਇਹਦੇ ਖਿਲਾਫ਼ ਅਸੀਂ FIR 7PC ਪਰਚਾ ਦਰਜ ਕਰਤਾ ਅਤੇ ਇਹਦੀ ਗ੍ਰਿਫਤਾਰੀ ਪਾ ਲਈ ਹੈ ਜੀ, ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਜੀ। ਇਹਨੂੰ ਕੱਲ੍ਹ ਇਹਨੂੰ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਲਵਾਂਗੇ, ਕੱਲ੍ਹ ਨੂੰ ਪੇਸ਼ ਕਰਾਂਗੇ ਕੋਰਟ ਦੇ ਵਿੱਚ। 1800 ਸਕੁਅਰ ਫੁੱਟ ਦਾ ਪਲਾਟ ਸੀ ਜੀ ਜਿਹੜਾ ਸ਼ਿਕਾਇਤਕਰਤਾ ਦੀ ਮਾਤਾ ਦੇ ਨਾਂ 'ਤੇ, ਮਾਤਾ ਦੀ ਡੈਥ ਹੋਣ ਤੋਂ ਬਾਅਦ ਇਹਦੇ ਨਾਂ 'ਤੇ ਵਸੀਅਤ ਹੋਣੀ ਸੀ।
ਇਹ ਸੀ ਤੋਂ ਗੁੰਨੋ ਰੋਡ ਤੇ ਹੈਗਾ ਜੀ, ਉੱਥੇ SBS ਕਲੋਨੀ। ਹਾਂਜੀ ਹਾਂਜੀ ਹਾਂ, ਸ਼ਹਿਰੀ ਇਲਾਕੇ ਚ ਜਸਟ ਪਰਚਾ ਦਰਜ ਹੋਇਆ ਜੀ। ਕੰਪਲੇਂਟ ਦੀ ਪੁੱਛ ਗਿੱਛ ਅਸੀਂ ਕਰ ਰਹੇ ਹਾਂ, ਉਹ ਜੋ ਇਨਵੈਸਟੀਗੇਸ਼ਨ ਚਾਹੂਗਾ ਦੱਸੋ। ਇੰਸਪੈਕਟਰ ਚੰਦਰ ਸ਼ੇਖਰ ਜੀ ਇਹਨਾਂ ਵੱਲੋਂ ਪਰਚਾ ਦਰਜ ਆ ਜੀ, ਇਹ ਤਫਤੀਸ਼ ਅਮਲ ਚ ਲਿਆ ਰਹੇ। ਧੱਕਾ ਹੋਇਆ ਮੇਰੇ ਨਾਲ, ਮੈਂ ਉਸ ਟਾਈਮ ਉਹਦੇ ਤੋਂ ਪੈਸੇ ਲਏ ਹੀ ਨਹੀਂ। ਅੱਛਾ ਜੀ, ਨਹੀਂ ਇੰਤਕਾਲ ਦਾ ਕੀ ਮਾਮਲਾ ਸੀਗਾ, ਕਿ ਤੁਹਾਡੇ ਕੋਲ ਕਿਹੜਾ ਇੰਤਕਾਲ ਹੋਣਾ ਸੀਗਾ ਜੀ? ਉਹਨਾਂ ਦੇ ਕੋਈ ਜਵਾਨੀ ਅਸੀਸ ਸੀ ਜਿਹੜੀ ਮੌਤ ਤੋਂ ਮਗਰ ਲਿਖੀ ਜਾਂਦੀ। ਅੱਛਾ ਜੀ, ਫਰਜ਼ੀ ਜਿਹੜੀ ਆਪਾਂ ਕਹਿ ਰਹੇ। ਅੱਛਾ ਜੀ, ਉਸ ਵਸੀਅਤ ਦਾ ਇੰਤਕਾਲ ਸੀ। ਉਹਦੇ 'ਚ ਅਸੀਂ ਸੱਦ ਕੇ ਬਿਆਨ ਲੈਂਦੇ ਬੰਦਿਆਂ ਨੂੰ, ਇਸ ਤਰ੍ਹਾਂ ਹੀ ਆਏ ਮੇਰੇ ਕੋਲ, ਇਹਨਾਂ ਨੂੰ ਟਾਈਮ ਦਿੱਤਾ। ਅੱਜ ਵੀ ਮੇਰੇ ਕੋਲ ਹੋਰ ਬੰਦਾ ਗੱਲ ਕਰ ਰਿਹਾ ਸੀ, ਜਿਹਦੇ ਕਾਰਨ ਕੋਈ ਪਤਾ ਨਹੀਂ। ਮੈਂ ਕਹਿਣਾ ਚਾਹੁੰਦਾ ਜੀ, ਮੇਰੇ ਕੋਲ ਧੱਕਾ ਹੋਇਆ ਜੀ।